ਬਾਅਦ ਮੈਂ ਆਪਣੇ ਸ਼ੌਹਰ ਦੀ ਸ਼ੌਹਰ ਮਰੀਦ ਹੋ ਗਈ ਹਾਂ ਐ ਮੇਰਾ ਸ਼ੌਹਰ ਮੈਨੂੰ ਮਾਰਦਾ ਤੇ ਉਹ ਜੇ ਦਿਨ ਜੁੱਤੀਆਂ ਨਾ ਮਾਰੇ ਮੈਨੂੰ ਨੀਂਦ ਹੀ ਨਹੀਂ ਆਉਂਦੀ ਲੋਕ ਸ਼ਾਦੀ ਵਿਆਹ ਤੇ ਉਹਨੇ ਇਨਸਾਨ ਨਹੀਂ ਇਕੱਠੇ ਕਰ ਸਕਦੇ ਜਿੰਨੇ ਸਾਡੀ ਲੜਾਈ ਹੋਣ ਤੋਂ ਬਾਅਦ ਇਕੱਠੇ ਹੋ ਜਾਂਦੇ ਨੇ ਇਹ ਬਹੁਤ ਵੱਡੀ ਲੜਾਈ ਹੁੰਦੀ ਹੈ ਫਿਰ ਪੂਰਾ ਖਾਨਦਾਨ ਵਿੱਚ ਮਿਕਸ ਹੁੰਦਾ ਹੈ ਖਾਨਦਾਨ ਕੈਂਟਰ ਹੋਣ ਤੋਂ ਬਾਅਦ ਉਹ ਲੜਾਈ ਨੂੰ ਕਵਰ ਕੀਤਾ ਜਾਂਦਾ ਹੈ ਰੀਅਲ ਪਾਕਿਸਤਾਨ ਕੀ ਵੀਡੀਓਜ਼ ਕੋ ਦੇਖਣੇ ਕੇ ਲਈ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕਨ ਕੋ ਦਬਾਣਾ ਮਤ ਭੂਲੀਏਗਾ हमारी वीडियोस आप तक सबसे पहले ये मैं आपका फिदा फारूकी और आप देख रहे हैं रियल पाकिस्तान मार कुटाई तशद बरबरीयत के बाद तीखते चिल्लाते बिलाते देखा होगा गुस्से में लड़ाई झगड़े में इट खड़के में घर को छोड़कर जाते हुए देखा होगा सर फटते हुए देखा होगा और बहुत सी लड़ाई बहुत से फड्डों में बहुत से नुकसान होते हुए देखे होंगे लेकिन आज मेरे साथ एक ऐसी अजीम खातून मौजूद हैं, जो आए रोज अपने शोहर से जूतियाँ खाती हैं जो आए रोज अपने शोहर का तशद सहती हैं तशद बर्दाश्त करती हैं आए रोज इनका एक खड़का लगा रहता है लेकिन उसके बावजूद इनका चेहरा हमेशा मुस्कुराता है ये खुश रहती हैं मुस्कुराती रहती हैं और कभी आप घर छोड़कर जाने की बात नहीं की सिवाय मुस्कुराहट के हंसी के खुशी के दूसरी तीसरी चौथी बात ही कोई इनको नहीं आती आइए जानते हैं ये किस मिट्टी से बनी है ऐसी क्या चीज़ है कि जूतियाँ खाने के बाद भी मुस्कराना गुस्सा लड़ाई झगड़े के बाद भी इन्होंने खुश रहना और उसके बाद आज तक अपना घर बसा रही हैं और अपने घर को चला रही हैं लेकिन घर छोड़ के जाने की बात ही नहीं इन्नी कुट खाने तो बाद बंदा कहेंद या मैं मार देवा या दूजे नु मार है ਨਹੀਂ ਜੀ ਮੈਂ ਮੇਰਾ ਸ਼ੋਹਰ ਮੈਨੂੰ ਮਾਰਦਾ ਤੇ ਉਹ ਜੇ ਦਿਨ ਜੁੱਤੀਆਂ ਨਾਲ ਮਾਰੇ ਮੈਂ ਨੀਂਦ ਹੀ ਨਹੀਂ ਆਉਂਦੀ ਸਹੀ ਅੱਜ ਤੱਕ ਰਨਮੁਰੀਦ ਤੇ ਬਹੁਤ ਵੇਖਿਆ ਲੇਕਿਨ ਸ਼ੋਹਰ ਮੁਰੀਦ ਨਹੀਂ ਪਹਿਲੀ ਵਾਰੀ ਵੇਖਣ ਦੇ ਆ ਪਈਏ ਤੇ ਮੈਂ ਕਿ ਇੱਕ ਇੱਕ ਦੁਨੀਆ ਵਿੱਚ ਇੱਕ ਸੱਤਵਾਂ ਜੁਬਾ ਨਾ ਅਠਵਾਂ ਜੁਬਾ ਹੋ ਗਿਆ ਕਿ ਅੱਜ ਤੱਕ ਸੁਣਦੇ ਆਇਆ ਰਨਮੁਰੀਦ 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 ਤੇ ਰਨਮੁਰੀਦੀ ਲੇਕਿਨ ਅੱਜ ਪਹਿਲੀ ਵਾਰੀ ਮੈਂ ਸ਼ੋਹਰ ਮੁਰੀਦੀ ਸੁਣ ਰਹੀ ਆ ਕਿ ਮਾਰ ਖਾਂ ਜਦੋਂ ਤੱਕ ਮਾਰਨਾ ਪੈ ਜਵੇ ਜਦੋਂ ਤੱਕ ਲੜਾਈ ਨਾ ਹੋ ਜਾਵੇ ਦੋ ਤੱਕ ਨੀਂਦ ਹੀ ਨਹੀਂ ਆਉਂਦੀ ਇਹਦੀ ਕੀ ਵਜ੍ਹਾ ਕਿ ਲਵ ਮੈਰਿਜ ਹੋਈ ਤੁਹਾ ਨਹੀਂ ਜੀ ਹੋਈ ਤੇ ਰੇਂਜ ਮੈਰਿਜ ਹੀ ਸੀ ਲੇਕਿਨ ਸ਼ਾਦੀ ਤੋਂ ਬਾਅਦ ਲਵ ਇਨਕ ਹੋ ਗਿਆ ਕਿ ਉਹ ਅਰੇਂਜ ਜਾ ਹੀ ਨਹੀਂ ਰਿਹਾ ਇਹ ਪਾਕਿਸਤਾਨ ਆ ਜੀ ਲਵ ਮੈਰਿਜ ਛੋੜ ਕੇ ਲੋਕ ਦੌੜ ਜਾਂਦੇ ਲੋਕ ਚਲੇ ਜਾਂਦੇ ਲੇਕਿਨ ਇਹ ਅਰੇਂਜ ਮੈਰਿਜ ਹੋਣ ਤੋਂ ਬਾਵਜੂਦ ਵੀ ਜੁੱਤੀਆਂ ਵੀ ਖਾ ਰਹੀਆਂ ਨੇ ਲੇਕਿਨ ਛੱਡ ਕੇ ਵੀ ਨਹੀਂ ਜਾਂਦੇ ਕੀ ਗੱਲ ਇੰਨੀ ਮੁਹੱਬਤ ਹੋ ਗਈ ਬੰਦੇ ਨਾਲ ਨਹੀਂ ਬੇਅੰਤਹਾ ਯਾਨੀ ਕਿ ਸ਼ੋਰ ਮਹਿਰਾ ਜੁੱਤੀਆਂ ਨਾ ਮਾਰੇ ਤੇ ਮੈਨੂੰ ਉਸ ਦਿਨ ਸਕੂਨ ਨਾਲ ਨੀਂਦ ਨਹੀਂ ਆਉਂਦੀ ਲੇਕਿਨ ਇਹ ਹੈ ਕਿ ਘਰ ਵਿੱਚ ਛੋਟੀ ਮੋਟੀ ਛੋਟੀ ਮੋਟੀ ਲੜਾਈ ਹੁੰਦੀ ਰਹਿੰਦੀ ਹੈ ਕੋਈ ਐਸਾ ਦਿਨ ਨਹੀਂ ਗੁਜ਼ਰਿਆ ਜਿਸ ਦਿਨ ਜ਼ਿੰਦਗੀ 'ਚ ਲੜਾਈ ਨਾ ਹੋਵੇ 6 ਮਹੀਨੇ ਯਾ 1 ਸਾਲ ਬਾਅਦ ਇੱਕ ਐਸਾ ਦਿਨ ਵੀ ਆਉਂਦਾ ਜਿਸ ਦਿਨ ਜਰਨਲ ਹੀ ਲੜਾਈ ਹੁੰਦੀ ਹੈ ਬਹੁਤ ਵੱਡੀ ਲੜਾਈ ਹੁੰਦੀ ਹੈ ਫਿਰ ਪੂਰਾ ਖਾਨਦਾਨ ਵਿੱਚ ਮਿਕਸ ਹੁੰਦਾ ਹੈ ਖਾਨਦਾਨ ਐਂਟਰ ਹੋਣ ਤੋਂ ਬਾਅਦ ਉਹ ਲੜਾਈ ਨੂੰ ਕਵਰ ਕੀਤਾ ਜਾਂਦਾ ਹੈ ਉਸ ਤਰੀਕੇ ਬੀ ਬਹੁਤ ਵੱਡੀ ਲੜਾਈ ਹੋ ਜਾਂਦੀ ਏ ਇਸ ਤਰ੍ਹਾਂ ਬਸ ਜ਼ਿੰਦਗੀ ਬਸਰ ਹੋ ਰਹੀ ਸਭ ਜਿੱਦਾਂ ਤੁਸੀਂ ਲੜਾਈਆਂ ਦੱਸ ਰਹੇ ਹੋ ਤੇ ਮੈਨੂੰ ਲੱਗਦਾ ਘਰ ਦੇ ਪਾਂਡੇ ਛਾਂਡੇ ਸਾਰੇ ਟੁੱਟ ਗਏ ਹੋਣਗੇ ਹੁਣ ਤਾਂ ਕੁਝ ਬਚਿਆ ਘਰ ਵਿੱਚ ਕੇ ਸਾਰਾ ਕੁਝ ਉੱਤਰ ਗਿਆ ਟੁੱਟ ਗਿਆ ਨਹੀਂ ਭਾਈ ਇਹ ਹੁਣ ਤੁਹਾਨੂੰ ਚਾਹ ਪੁਲਾਏ ਸੀ ਨਾਲ ਦੇ ہمسਾਇਆ ਨੂੰ ਕੱਪ ਦੋ ਮੰਗ ਕੇ ਐਨਾ ਵੀ ਸੁਣ ਰਹੇ ਹੋ ਭਾਈ ਅ ਮੈਨੂੰ ਚਾਹ ਪਿਲਾਇਆ ਆਨ ਤੋਂ ਪਹਿਲਾਂ ਉਹ ਵੀ ਨਾਲ ہمسਾਈ ਤੋਂ ਮੰਗ ਕੇ ਹਾਂ ਮੈਨੂੰ ਲੱਗਦਾ ਜੇ ਮੰਜੀ ਤੇ ਬੈਠੇ ਆ ਨਾ ਇਹ ਵੀ ਮੰਗੀ ਲੱਗਦੀ ਮੈਨੂੰ ਹਲੇ ਤੱਕ ਘਰ ਸ਼ੁਕਰੇ ਬਚਿਆ ਇਹ ਮੈਨੂੰ ਲੱਗਦਾ ਹੋਰ ਕੋਈ 2 ਮਹੀਨੇ ਤੱਕ ਨਾ ਇਹਨਾਂ ਦਾ ਘਰ ਵੀ ਡੇਗ ਜਾਣਾ ਅੱਲਾ ਨਾ ਕਰੇ ਅੱਲਾ ਨਾ ਕਰੇ ਲੇਕਿਨ ਸੂਰਤਿ ਹਾਲ ਕੋ ਇਦਾਂ ਦੀ ਵੀ ਨਜ਼ਰ ਆ ਰਹੀ ਕੀ ਵਜ੍ਹਾ ਇੰਨੀ ਲੜਾਈਆਂ ਇੰਨੇ ਝਗੜੇ ਤੇਰੀ ਵਜ੍ਹਾ ਕੀ ਹੈ ਕਿਉਂ ਹੁੰਦੇ ਨੇ ਤੇ ਮੀਆਂ ਕਿਉਂ ਇੰਨਾ ਮਾਰਦੇ ਆ ਬੱਸ ਉਹ ਹੈਲਪਰ ਹੋ ਜਾਂਦੇ ਨੇ ਫਿਰ ਕੀ ਕਹਿ ਸਕਦੇ ਆ ਲੇਕਿਨ ਉਹ ਉਹਦੀ ਹੈਲਪਰ ਹੋਣਾ ਵੀ ਮੈਨੂੰ ਅੱਛਾ ਲੱਗਦਾ ਹੈ ਕੈਂਸਰ ਕੀ ਲੜਾਈ ਸਾਲ ਵਿੱਚ ਇਦਾਂ ਦੀ ਵੀ ਲੜਾਈ ਆਂਦੀ ਕਿ ਪੂਰਾ ਖਾਨਦਾਨ ਇਕੱਠਾ ਹੋ ਜਾਂਦਾ ਸਾਰੇ ਲੋਕੀ ਇੱਥੇ ਇਕੱਠੇ ਹੋ ਜਾਂਦੇ ਮਤਲਬ ਕਿ ਬਕਾਇਦਾ ਇੱਥੇ ਸੋਗ ਵੀ ਮਨਾਇਆ ਜਾਂਦਾ ਇਦਾਂ ਹੀ ਬੜੇ ਬੜੇ ਮਾਤਮ ਵੇਖੇ ਹੋਣਗੇ ਲੇਕਿਨ ਇਹ ਮੀਆਂ ਬੀਬੀ ਦਾ ਏਟ ਖੜਕਾ ਲੜਾਈ ਉਹਦੇ ਉੱਤੇ ਸੋਗ ਮਤ ਮੇਰੀ ਗੱਲ ਸੁਣੋ ਭਾਈ ਇਹ ਇੱਕ अच्छी ਗੱਲ ਹੈ ਦੇਖੋ ਇਹਨੇ ਨੇ ਬਾਦਸ਼ਾਹਾਂ ਦੀ ਜੰਗਾਂ ਹੁੰਦੀਆਂ ਨੇ ਇਹਨੇ ਨੇ ਦੁਨੀਆ ਦੀਆਂ ਜੰਗਾਂ ਤੁਸੀਂ ਦੇਖੀਆਂ ਨੇ ਲੇਕਿਨ ਸਾਡੀ ਜ਼ਿੰਦਗੀ ਦੀ ਜੰਗ ਕਿ ਕੈਸੀ ਹੈ ਕਿ ਪੂਰਾ ਖਾਨਦਾਨਾਂ ਦੇ ਵਿੱਚ 6 ਮਹੀਨੇ ਬਾਅਦ ਜਾਂ 1 ਸਾਲ ਬਾਅਦ ਸ਼ਿਰਕਤ ਫਰਮਾਉਂਦਾ ਹੈ ਲੋਕ ਸ਼ਾਦੀ ਵਿਆਹ ਤੇ ਉਹਨੇ ਇਨਸਾਨ ਨਹੀਂ ਇਕੱਠੇ ਕਰ ਸਕਦੇ ਜਿੰਨੇ ਸਾਡੀ ਲੜਾਈ ਹੋਣ ਤੋਂ ਬਾਅਦ ਇਕੱਠੇ ਹੋ ਜਾਂਦੇ ਨੇ ਇੱਥੇ ਤੇ ਇੱਥੇ ਨਾ ਉਹ ਮਿਸਾਲ ਬੜੀ ਫਿੱਟ ਆਂਦੀ ਕਹਿੰਦੇ ਕਿ ਇਹ ਜਿੱਥੇ ਪਿਆਰ ਮੁਹੱਬਤ ਹੋਵੇ ਨਾ ਤੇ ਲੜਾਈ ਵੀ ਉੱਥੇ ਹੀ ਹੁੰਦੀ ਐ ਇਦਾਂ ਹੀ ਬਿਲਕੁਲ ਬਿਲਕੁਲ ਜੀ ਇਹ ਗੱਲ ਤੋਂ 100% ਰਾਈਟ ਬੋਲੀਏ ਔਰ ਇਹ ਗੱਲ ਕਿਸੇ ਮੀਡੀਆ ਵਾਲੇ ਨੇ ਮੇਰੇ ਨਾਲ ਕੀਤੀ ਹਮੇਸ਼ਾ ਲੜਾਈ ਉੱਥੇ ਹੁੰਦੀ ਜਿੱਥੇ ਚਾਹਤ ਜ਼ਿਆਦਾ ਹੋਵੇ ਤੁਹਾਡੀ ਇੰਨੀ ਚਾਹਤ ਵੱਧ ਕੀ ਲੜਾਈ ਮੁੱਕਦੀ ਨਹੀਂ ਬਸ ਜੀ ਦੇਖੋ ਹੁਣ ਐ ਆਦਤ ਹੋ ਚੁੱਕੀ ਐ ਇੱਕ ਦਿਨ ਮੇਰਾ ਸ਼ੋਰ ਨਾ ਮਾਰੇ ਤੇ ਫਿਰ ਦੂਸਰੇ ਦਿਨ ਮੈਨੂੰ ਨੀਂਦ ਹੀ ਨਹੀਂ ਆਂਦੀ ਬੱਚੇ ਕਿੰਨੇ ਆ ਬੱਚੇ ਜ਼ਿਆਦਾ ਨਹੀਂ ਹੈਗੇ ਸਿਰਫ 6 ਐ ਸਿਰਫ 6 ਬੱਚੀਆਂ ਦੀ ਬੋਤੇ ਨਹੀਂ ਹੈ ਕੋਈ 1 2 ਬੱਚੇ ਨਹੀਂ 3 4 ਨਹੀਂ ਸਿਰਫ 6 ਬੱਚੇ ਬੱਚਿਆਂ ਦਾ ਕੀ ਰਿਐਕਟ ਹੁੰਦਾ ਹੈ ਜਦੋਂ ਇੰਨੀ ਲੜਾਈ ਹੁੰਦੀ ਹੈ ਬੱਚੇ ਕੀ ਕਹਿੰਦੇ ਬੱਚੇ ਕੁਝ ਅੱਬੂ ਨੂੰ ਜਾਂ ਤੁਨੂੰ ਕਹਿੰਦੇ ਨਹੀਂ ਕਿ ਆਏ ਰੋਜ਼ ਕੀ ਤੁਸੀਂ ਸ਼ੋਰ ਸ਼ਰਾਬਾ ਤੇ ਲੜਾਈ ਝਗੜਾ ਨਹੀਂ ਬੱਚਿਆਂ ਤੋਂ ਛੁਪ ਕੇ ਲੜੀਂਦਾ ਉਸ ਟਾਈਮ ਤੇ ਦਰਵਾਜ਼ੇ ਬੰਦ ਕਰ ਦੇ ਦਿੰਦੇ ਨੇ ਜੇ ਤੁਹਾਨੂੰ ਤਾਂ ਲੜਨੇ ਆ ਕਮਰੇ ਚ ਅਲੱਗ ਹੋ ਕੇ ਲੜੀਦਾ ਜੀ ਇਹ ਨਵੀਂ ਗੱਲ ਵੀ ਸੁਣ ਲਓ ਬੱਚਿਆਂ ਨੂੰ ਇੱਕ ਕਮਰੇ ਚ ਕਰਕੇ ਦੂਜੇ ਕਮਰੇ ਜਾ ਕੇ ਨਾ ਅਲੱਗ ਹੋ ਕੇ ਲੜਦੇ ਆ ਕਦੀ ਕੋਈ ਸਰਸੁਰਤ ਨਹੀਂ ਪਾੜਿਆ ਕਦੀ ਕੋਈ ਹੱਡੀ ਟੁੱਟੀ ਹੋਵੇ ਵੈਸੇ ਆ ਦੇਖ ਲੋ ਐ ਵੈਸੇ ਮੋਝਦੇ ਵਾਲੀ ਗੱਲ ਐ ਕਿ ਮਾਰਿਆ ਬਹੁਤ ਐ ਲੇਕਿਨ ਅਜ ਤੱਕ ਮੇਰੀ ਕੋਈ ਚੀਜ਼ ਟੁੱਟੀ ਨਹੀਂ ਐ ਕਿ ਤੁਸੀਂ ਲੋਹੇ ਦੇ ਬਣੇ ਹੋ ਬਸ ਸ਼ਾਇਦ ਲੋਹੇ ਦੀ ਬਣੀ ਹੋ ਵਾ ਇੰਨੀ ਮਾਰ ਖਾਣ ਤੋਂ ਬਾਅਦ ਵੀ ਕੋਈ ਸਿਰ ਨਹੀਂ ਪਾੜਿਆ ਹੈ ਕਦੀ ਕੋਈ ਹੱਡੀ ਨਹੀਂ ਟੁੱਟੀ ਤੇ ਮੈਨੂੰ ਲੱਗਦਾ ਲੋਹੇ ਦੇ ਬਣੇ ਮੈਨੂੰ ਸਮਝ ਨਹੀਂ ਆਂਦੀ ਇਹਨੂੰ ਮੈਂ ਕਿਹੜਾ ਨਾਮ ਦਵਾ ਤੇ ਪਿਆਰ ਮੁਹੱਬਤ ਵੀ ਹੈ ਲੜਾਈ ਝਗੜਾ ਵੀ ਹੈ ਇਟ ਖੜਕਾ ਵੀ ਹੈ ਸੋਗ ਵੀ ਮਨਾਉਂਦੇ ਨੇ ਹੁਣ ਮੈਂ ਕੀ ਕਵਾਂਗਾ ਖਾਵਨ ਦੀ ਖਿਦਮਤ ਕਵਾਂਗਾ ਫਰਮਾ ਬਰਦਾਰੀ ਕਵਾਂਗਾ ਪਿਆਰ ਕਵਾਂਗਾ ਕੀ ਕਵਾਂਗਾ ਕੀ ਕਹਿੰਦੇ ਹੋ ਨਹੀਂ ਜੀ ਮੈਂ ਕੁਰਾਨ ਪਾਕ ਸ਼ੁਕਰ ਅਲਹੁ ਅਲਹੁ ਪੜੀ ਹਦੀਸ ਦੀਆਂ ਕਿਤਾਬਾਂ ਵੀ ਥੋੜੀਆਂ ਬਹੁਤ ਪੜੀਆਂ ਜਿਆਦਾ ਮੈਂ ਇਹਨਾਂ ਨਹੀਂ ਜਾਣਦੀ ਲੇਕਿਨ ਜਿੰਨਾ ਤੱਕ ਮੈਨੂੰ ਪਤਾ ਹੈ ਕਿ ਅੱਲਾਹ ਤਬਾਦ ਅਗਰ ਚਾਹਦਾ ਹੈ ਕਰਨਾ ਤਾਂ ਆਪਣੇ ਸ਼ੌਹਰ ਨੂੰ ਕਰੋ ਔਰ ਜਦੋਂ ਦੀ ਮੈਂ ਪੜੀ ਹੈ ਨਾ ਹਦੀਸੇ ਮੁਬਾਰਕ ਉਸ ਤੋਂ ਬਾਅਦ ਮੈਂ ਆਪਣੇ ਸ਼ੌਹਰ ਦੀ ਸ਼ੌਹਰ ਮਰੀਦ ਹੋ ਗਈ ਹਾਂ ਵਾਦੀਆ ਬੜੇ-ਬੜੇ ਹਕੂਕ ਅਦਾ ਹੁੰਦੇ ਦੇਖੇ ਹੋਣਗੇ ਹੈ ਲੇਕਿਨ ਇਦਾਂ ਦੇ ਹਕੂਕ ਅਦਾ ਹੁੰਦੇ ਪਹਿਲੀ ਵਾਰੀ ਵਿਖੇ ਨਹੀਂ ਸਾਰੇ ਹਕੂਕ ਤੁਹਾਡੇ ਨਹੀਂ ਕੋਈ ਬੰਦੇ ਦੇ ਵੀ ਹਕੂਕ ਨੇ ਨਹੀਂ ਜੀ ਮੈਂ ਆਪਣੇ ਬੰਦੇ ਨਾਲ ਜ਼ਿਆਦਤ ਨਹੀਂ ਦੇਣਾ ਚਾਹਦੀ ਮੈਂ ਨਹੀਂ ਚਾਹਦੀ ਕਿ ਮੇਰਾ ਬੰਦਾ ਕਿਸੇ ਜ਼ਿਆਦਤ 'ਚ ਪਹੁੰਚੇ ਤੇ ਕੀ ਕਹਿਣਾ ਚਾਹੋ ਕੋਈ ਮੈਸੇਜ ਦੇਣਾ ਚਾਹੋਗੇ ਦੇਖਣ ਵਾਲਿਆਂ ਨੂੰ ਜਿਹੜੀ ਬੀਵੀਆਂ ਜਿਹੜੀ ਬੀਵੀਆਂ ਆਪਣੇ ਹਸਬੰਦ ਅੰਗੇ ਬੋਲਦੀਆਂ ਨੇ ਜਵਾਬ ਦਿੰਦੀਆਂ ਨੇ ਇੱਕ ਗੱਲ ਦੇ ਦੋ ਜਵਾਬ ਦਿੰਦੀਆਂ ਨੇ ਤੇ ਲੜਾਈਆਂ ਵੀ ਕਰਦੀਆਂ ਨੇ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੋਗੇ क्यों नहीं मैं बिल्कुल देना चाहती मेरी तमाम बहनों से अपील है कि देखे मैंने भी छह बच्चे पैदा किए हैं लड़ाई झगड़ के ज़िंदगी ऐसे गुजार लेकिन मैं तो अपनी ज़िंदगी की जंग जंग को जीत चुकी हूँ मैंने अपनी मोहब्बत और चाहत के इस बल पर अपने शोहर को जीत लिया मेरे शोहर ने अब इकरारे मोहब्बत भी किया और उसने ये कहा कि अब ज़िंदगी में कभी भी आपको नहीं मारूंगा लेकिन शायद इसी तरह मेरी तरह अगर कोई बहन मुझे देख रही है अगर अपने शौर उन लोगों के कवर नहीं हो रहे तो उनको मोहब्बत की गोली ऐसी खिलाएं कि वो खुद ब खुद ही ठीक हो जाए तो बस मैं तो यही अपनी बहनों से पहले मैंने काफ़ी वीडियोज़ में कहा है कि गुस्से में आकर कि बस जी बाइक आठ बाइक आठ बाई लेकिन ये है कि मैं अपनी ज़िंदगी की जंग जीत चुकी हूँ तो इसी तरह खुदारा सब बहनो से माओं से पहले पहले तो यह बात यहां पे लागतबाजी वहां पे शादी ना करें क्योंकि वह हम लोगों की शादी लागतबाजियों में हुई मेरे ससुराल वाले सुतेले थे इस लिहाज से आके मेरी इज़्ज़त आज तक ना किसी ने की लेकिन आप लोगों को यही कहूंगी कि पहली बात यह है कि शादी बेटियों की वहां करें जहां पर बेटियों की शुरू से इज्जत हो अगर बेटियों की इज़्ज़त नहीं तो उनकी शादी वहां ना करें क्योंकि जो पहले इज्जत नहीं ना करते वो बाद में भी नहीं करते बाद में बेशक वो सोने के बन के बैठ जाए ना वो लोग इज़्ज़त नहीं करते इसीलिए बेटियों को वहां ब्याएँ जहां पर उनकी इज़्ज़त हो उनकी एक्सेप्ट की जाए वहाँ पर उन लोगों की शादी की जाए बाकी जहाँ तक बात मेरी ज़िंदगी की तो मेरी जिंदगी एक खुली किताब आप लोगों के सामने है मैंने 16 साल शोर की जूतियाँ खाने के बावजूद भी अपना घर नहीं छोड़ा अपने हस्बैंड के साथ खड़ी रही हूँ और हालांकि मेरी जगह पर कोई भी औरत होती तो अपने हस्बैंड का साथ छोड़ जाती यहाँ तक कि मैं मेरे हस्बैंड कुछ कमाते नहीं हैं वेलियाँ खाते हैं वेलियाँ खाने के बावजूद भी मैं अपने शोर के साथ हूँ वेलियाँ तो वो खाते हैं तो चलो वो तो गुजारा हो जाता है लेकिन जो जूतियाँ मारे ना वो गुजारा नहीं होता लेकिन मैं जूतियाँ खाने वेलियाँ खाने के साथ साथ मैं जूतियाँ खाने के बावजूद अपने शोहर के साथ रही हूँ ये देखिए नादरी शोहर की इज्जत क्या है खबन का मकाम क्या है रुतबा क्या है उसकी इज्जत क्या है और किस तरह से की जाती है शोहर के क्या, क्या हुक हैं मेरे ख्याल में इस बहन से ज्यादा और कौन जानेगा जो 16 साल तक जूतियाँ भी खाई 16 साल तक लड़ाई झगड़े भी रहे 16 साल तक मोबाइल मार कुटाई भी होता रहा लेकिन उसके बावजूद उन्होंने शोहर का दिल जीता है तो मेरे देखने वालों में जो ये मोहब्बत की गोली लेना चाहता है और सीखना चाहता है कि दिल कैसे जीते जाते हैं खावन को अपनी मुठ्ठी में कैसे किया जाता है और खावन के दिल कैसे जीतने हैं और घर कैसे बसाया जाता है वो नीचे कमेंट्स करके इनसे रबता कर सकता है इनसे मशवरा ले सकता है और मेरा ख्याल है और, ये और और मैं साथ साथ बताती चलो मेरा एक चैनल है स्ट्रॉन्ग वुमेन के नाम से मेरे चैनल के ज़रिए आप लोगों को ये छोटी छोटी टिप मिलती रहेंगी आप मेरे चैनल को सब्सक्राइब कर लें और मेरा चैनल भाई के वो चैनल के नीचे पिन कर देंगे उनको लाइक करे, करे, करें सब्सक्राइब करें शेयर करें मेरे चैनल के अंदर ये सारी चीज़ें मैं बयान करती रहूँगी साथ साथ कि कैसे मैंने अपनी ज़िंदगी के हालात गुजारे हैं जी बिल्कुल जैसा कि आपने इन्होंने बताया इनका एक चैनल भी है जो ये रन कर रही हैं और अभी आप स्क्रीन पे आप इनका चैनल देख रहे हैं इनका चैनल चल रहा है आप इनका चैनल लाइक करें शेयर करें सब्सक्राइब करें और अपनी जिंदगी को खुशगवार बनाएं और अपने घर को बसाएं और देखें ये उसमें ऐसे छोटे छोटे टिप्स बताती हैं कि खावन का दिल कैसे जीता जा सकता है खावन के दिल में मोहब्बत कैसे पैदा करनी है और लड़ाई झगड़े कैसे खत्म करने हैं और घर को कैसे बसाना है इसी के साथ ही हमें इजाजत दीजिए इनशाला नेक्स्ट मिलते हैं एक न्यू वीडियो के साथ तब तक के लिए अल्लाह हाफिज़